वाहिगुरु जी का खालसा वाहिगुरु जी की फतेह। दोस्तों ताडे सारे का बहुत बहुत स्वागत करते हैं जी अपने यूट्यूब चैनल के उपर। अज वीडियो लैके आए हैं जी वलां वाली सैंपल पग की, फल वैल कपड़े की, सीधे लड़ वाली वलां वाली पग की। सो स्टार्टिंग आप बेस तो करा जी, थले केसकी वाला बेस बनया छोटा जहा, एक साइड तो कपड़ा थोड़ा जिहड़ा केसकी वाला बेस है ज़्यादा रखे ता जो साइड तो आपां नूं थोड़ी जी फलावट आ सके, क्योंकि पग का जिहड़ा कपड़ा हैगा जी फुल वैल का 50 आपां जिहड़ी आ मत्थे तो तीन उंगलां उपर बन्ननी आ। 50 बन्नण तो बाद जिहड़ी आपां अपनी पग बन्ननी आ, पहला लड़ मूँह दे विच फड़ के जिथे आपां 50 दी गठ दित्ती सी बैक साइड तो उत्थों लिया के जिहड़ा ये सिर दे बिल्कुल उपर आउंदी लै आउणा हैगा। उस तो बाद करना की आ, जिहड़े पौणी दे खुलदे पासे आ दो लड़ उपर रखांगे, उपरले पल्ले नूं चक के इकट्ठा कर लवांगे, उहदे जिहड़े आ दो तीन बल बना लवांगे, फिर थले वाले लड़ नूं जिहड़ा थले शो हो जूगा आपां नूं उन्हों नाल लेके एक अद्धा जिहड़ा लड़ विच्चों कढ लवांगे। इस तरीके दे नाल जिहड़े आपणे अद्धा कु इंच जिहड़ा एरिया उहदे विच जिहड़े आ आपणे बल पै जाणगे, अद्धी अख ते अद्धी कल ढक के लड़ ला दांगे। सारी वीडियो ध्यान नाल देखियो, बहुत सिंपल तरीका जिहड़ा दस्सा गया बलां दा, कोई औखी गल नहीं हैगी, जिहड़े वीरां दे बल नहीं पैंदे। सिंपल लड़ जिहड़ा उपर टका के रख लैणा, लड़ नूं चंगी तरह खोल लैणा, पल उपरला जिहड़ा पतला पल्ला बस उहनूं सिंगल फड़ के उपर नूं चक के इकट्ठा कर लैणा। जदों लड़ अपना इकट्ठा हो गया, जिहड़े थले पौणी दे लड़ ने ਉਹ ਵੀ ਨਾਲ ਰਲਾ ਕੇ ਜਿਹੜੇ ਬਲ ਉਹਨਾਂ 'ਚ ਜਿਹੜੇ ਬਲ ਆਟੋਮੈਟਿਕਲੀ ਪਏ ਹੁੰਦੇ ਆ ਥੱਲੇ ਵਾਲੇ ਲੜ 'ਚ, ਬਸ ਪਹਿਲੇ ਲੜ ਨੂੰ ਥੋੜ੍ਹਾ ਜਿਹਾ ਉੱਪਰੋਂ ਚੱਕ ਕੇ ਇਕੱਠਾ ਕਰ ਲੈਣਾ, ਬਸ ਬਾਕੀ ਜਿਹੜੇ ਬਲ ਨੇ ਉਹਨਾਂ ਨੂੰ ਸਿੰਪਲ ਲਾ ਦੇਣਾ। ਸੋ ਇਹ ਵੀਡੀਓ ਦੱਸਣ ਦਾ ਮਕਸਦ ਇਹ ਆ ਕਿ ਬਹੁਤ ਵੀਰਾਂ ਨੂੰ ਪਤਾ ਨਹੀਂ ਲੱਗਦਾ, ਕਹਿੰਦੇ ਕਿ ਬਲ ਪੈਂਦੇ ਨਹੀਂ, ਕਿਵੇਂ ਪਾਈਦੇ, ਔਖੇ ਲੱਗਦੇ ਆ। ਸੋ ਇਹਦੇ ਵਿੱਚ ਆਪਾਂ ਸਿਰਫ ਬੇਸਿਕ ਤਰੀਕਾ ਦੱਸਿਆ, ਕੋਈ ਜ਼ਿਆਦਾ ਸ਼ੇਪ 'ਤੇ ਜਾਂ ਹੋਰ ਕਿਸੇ ਚੀਜ਼ 'ਤੇ ਆਪਾਂ ਫੋਕਸ ਨਹੀਂ ਰੱਖਿਆ, ਮੈਂ ਸਿੰਪਲ ਜਿਹੜੇ ਬਲ ਪਾਇਆ ਤੁਹਾਨੂੰ ਦੱਸਿਆ। ਪੌਣੀ ਚੰਗੀ ਤਰੀਕੇ ਨਾਲ ਖੋਲ੍ਹ ਲੈਣੀ ਹੈ, ਖੋਲ੍ਹਣ ਤੋਂ ਭਾਵ ਆ ਕਿ ਜਦੋਂ ਪੌਣੀ ਚੌੜੀ ਕਰ ਲੈਂਦੇ ਹਾਂ, ਕੱਪੜਾ ਜਿਹੜਾ ਪੂਰਾ ਵੰਡਿਆ ਜਾਂਦਾ, ਮੋਟਾ ਪਾਸਾ ਜਿਹੜਾ ਆਪਣਾ ਉੱਪਰ ਛੱਡਿਆ ਹੁੰਦਾ ਅਤੇ ਪਤਲਾ ਥੱਲੇ ਆ ਜਾਂਦਾ, ਫਿਰ ਜਿਹੜੇ ਬਲ ਪਾਉਣੇ ਆ ਸੌਖੇ ਹੋ ਜਾਂਦੇ ਆ। ਬਸ ਤਰੀਕੇ ਉਹੀ ਆ, ਜਿਹੜਾ ਪਹਿਲਾ ਪੱਲਾ ਉਹਨੂੰ ਦੋ ਕੁ ਵਾਰ ਇਕੱਠਾ ਕਰ ਲੈਣਾ ਮੋੜ ਕੇ, ਅਗਰ ਉਹਨੇ ਕੁ ਬਲ ਬਹੁਤ ਨੇ ਤਾਂ ਸਹੀ ਆ, ਨਹੀਂ ਫਿਰ ਜਿਹੜਾ ਥੱਲੇ ਵਾਲਾ ਲੜ ਜਦੋਂ ਉਹਨੂੰ ਇਕੱਠਾ ਕਰੀ ਦਿੰਦੇ ਹਾਂ ਥੱਲੇ ਸ਼ੋਅ ਹੋ ਜਾਂਦਾ, ਉਹਦੇ ਵਾਲੇ ਬਲ ਰਲਾ ਲੈਣੇ ਆ। ਫਿਰ ਵੀ ਅਗਰ ਲੱਗਦਾ ਕਿ ਬਲ ਘੱਟ ਨੇ, ਫਿਰ ਪੌਣੀ ਦੇ ਇੱਕ ਲੜ ਵਿੱਚੋਂ ਕੱਢ ਕੇ ਬਸ ਜਿਹੜੀ ਆ ਸਿੰਪਲ ਆਪਾਂ ਆਪਣਾ ਲੜ ਲਾ ਕੇ ਜਿਹੜੇ ਬਲ ਆਪਾਂ ਲਾ ਲੈਣੇ ਆ। ਸੋ ਆਪਣੇ ਹੁਣ ਤਿੰਨ ਲੜ ਜਿਹੜੇ ਆ ਪੱਗ ਦੇ ਉਹ ਕੰਪਲੀਟ ਹੋ ਗਿਆ, ਅਤੇ ਇਸ ਤੋਂ ਬਾਅਦ ਆਪਾਂ ਹੁਣ ਆਪਣਾ ਜਿਹੜਾ ਅਗਲਾ ਲੜ ਲਾਵਾਂਗੇ। ਇਹਦਾ ਵੀ ਤਰੀਕਾ ਉਹੀ ਆ, ਪੌਣੀ ਦਾ ਮੋਟਾ ਪਾਸਾ ਜਿਹੜਾ ਆਪਣਾ ਉੱਪਰ ਸਾਈਡ ਜਾਊਗਾ ਅਤੇ ਖੁੱਲ੍ਹਦੇ ਪਾਸੇ ਉਹ ਥੱਲੇ ਰਹਿਣਗੇ। ਸੋ ਹੁਣ ਜਿਹੜੇ ਬਲ ਨੇ ਦੇਖੋ ਸਿੰਪਲ ਤਰੀਕੇ ਨਾਲ ਆਪਾਂ ਲਾਇਆ ਲੜ, ਇੰਨੇ ਬਲ ਪੈ ਚੁੱਕੇ ਆ। ਅਗਲਾ ਲੜ ਫਿਰ ਉਸੇ ਤਰੀਕੇ ਨਾਲ ਮੋਟਾ ਪਾਸਾ ਉੱਪਰ ਜਾਊਗਾ, ਚੰਗੀ ਤਰੀਕੇ ਨਾਲ ਉੱਪਰੋਂ ਮੋੜਾਂਗੇ ਲੜ ਨੂੰ। ਫਿਰ ਉਸ ਤੋਂ ਬਾਅਦ ਪੌਣੀ ਨੂੰ ਚੰਗੀ ਤਰੀਕੇ ਨਾਲ ਖੋਲ੍ਹ ਕੇ ਪਤਲਾ ਪਾਸਾ ਜਿਹੜਾ ਪੌਣੀ ਦਾ ਉਹਨੂੰ ਸਿੰਪਲ ਇਕੱਠਾ ਕਰਕੇ, ਇੱਕ ਇਹ ਵੀ ਤਰੀਕਾ, ਬਸ ਪੌਣੀ ਨੂੰ ਖੋਲ੍ਹ ਲਓ, ਖੋਲ੍ਹ ਕੇ ਜਿਹੜਾ ਸਿੰਗਲ ਪੱਲਾ ਆਪਣਾ ਉਹਨੂੰ ਅੰਗੂਠੇ ਨਾਲ ਥੱਲੋਂ ਇਕੱਠਾ ਕਰ ਦਿਉ। ਜਦੋਂ ਇਕੱਠਾ ਹੋ ਜਾਂਦਾ ਉਹ 'ਚ ਬਲ ਬਣ ਜਾਂਦੇ ਆ, ਇਕੱਠਾ ਕਰਨ ਤੋਂ ਭਾਵ ਉਹਨੂੰ ਵਿੱਚ ਨੂੰ ਪਿੱਚ ਵਾਲੀ ਪੱਗ ਵਾਂਗੂ ਮੋੜਨਾ ਨਹੀਂ ਹੈਗਾ, ਅਗਰ ਮੋੜ ਤਾਂ ਸਾਫ਼ ਹੋ ਜੂਗਾ ਲੜ, ਬਸ ਥੱਲੇ ਅੰਗੂਠੇ ਨਾਲ ਉਹਨੂੰ ਇਕੱਠਾ ਕਰਕੇ ਲੜ ਨੂੰ ਆਪਾਂ ਉੱਪਰ ਟਿਕਾ ਕੇ ਰੱਖ ਦੇਣਾ, ਅਤੇ ਉੱਪਰੋਂ ਜਿਹੜਾ ਆਪਣਾ ਪੱਲਾ ਉਂਗਲੀਆਂ ਨਾਲ ਦੱਬ ਕੇ ਉੱਤੇ ਜਿਹੜਾ ਲਾ ਲੈਣਾ। ਉਸ ਤੋਂ ਬਾਅਦ ਅਗਲਾ ਲੜ ਫਿਰ ਉਸੇ ਤਰੀਕੇ ਨਾਲ ਪੌਣੀ ਸੈੱਟ ਕਰਕੇ ਆਪਣੀ, ਖੁੱਲ੍ਹਦਾ ਪਾਸਾ ਥੱਲੇ, ਬੰਦ ਪੌਣੀ ਦਾ ਪਾਸਾ ਉੱਪਰ, ਮੋਟਾ ਪਾਸਾ ਸਾਰਾ ਉੱਪਰ ਜਾਊਗਾ। ਜਿਹੜਾ ਪਹਿਲਾ ਲੜ ਲੱਗਿਆ ਉਹ ਤੋਂ ਥੱਲੇ ਲੜ ਰੱਖਾਂਗੇ, ਜਿਹੜਾ ਥੱਲੇ ਲਾੜਾ ਪੂਰਾ ਬਿਲਕੁਲ ਸਿੰਗਲ ਪੱਲਾ ਥੱਲੇ ਖਿੱਚ ਲਾਂਗੇ। ਉਸ ਤੋਂ ਬਾਅਦ ਇਹਨੂੰ ਜਿਹੜਾ ਸਿੰਗਲ ਪੱਲਾ ਇਹਨੂੰ ਸਾਰੇ ਨੂੰ ਅੰਗੂਠੇ ਨਾਲ ਬਸ ਸਿੰਪਲ ਇਕੱਠਾ ਕਰਕੇ ਟਿਕਾ ਕੇ ਜਿਹੜਾ ਕਿ ਇਹਦੇ ਵਿੱਚ ਬਲ ਪਾ ਕੇ ਉਹ ਲੜ ਆਪਾਂ ਲਾ ਦਾਂਗੇ। ਸੋ ਜਿਵੇਂ ਹੁਣ ਥੱਲੇ ਵਾਲੇ ਲੜ ਸੀਗੇ ਉਹਨਾਂ ਦੇ ਵਿੱਚ ਕੀ ਕੀਤਾ ਸੀ ਆਪਾਂ, ਪੌਣੀ ਦਾ ਜਿਹੜਾ ਪਹਿਲਾ ਪੱਲਾ ਸੀ ਉਹ ਇਕੱਠਾ ਕਰਿਆ ਸੀਗਾ ਤਾਂ ਕਿ ਆਪਾਂ ਨੂੰ ਥੱਲੇ ਬਲ ਜ਼ਿਆਦਾ ਚਾਹੀਦੇ ਸੀ। ਹੁਣ ਆਪਣੇ ਕੋਲ ਆਲਰੇਡੀ ਜਿਹੜੇ ਬਲ ਨੇ ਵਾਧੂ ਪੈ ਚੁੱਕੇ ਆ, ਪਰ ਹੁਣ ਜਿਹੜੇ ਆਪਾਂ ਆਪਣੇ ਲਾਸਟ ਦੋ ਲੜ ਨੇ ਇਹਨਾਂ ਦੇ ਵਿੱਚ ਜ਼ਿਆਦਾ ਬਲ ਨਹੀਂ ਪਾਏ, ਇਹਨਾਂ ਨੂੰ ਬਸ ਆਪਾਂ ਸਿੰਪਲ ਤਰੀਕੇ ਨਾਲ ਅੰਗੂਠੇ ਨਾਲ ਥੱਲੋਂ ਜਿਹੜੇ ਬਲ ਆਪਣੇ ਇਕੱਠੇ ਕਰਕੇ ਉਹ ਆਪਾਂ ਲਾ ਦੇ। ਇਸ ਤੋਂ ਬਾਅਦ ਵੀ ਜਿਹੜੇ ਬਲ ਨੇ ਹੋਰ ਸੰਘਣੇ ਕਰਨ ਦਾ ਤਰੀਕਾ ਦੱਸਾਂਗੇ। ਅਗਲਾ ਲੜ ਫਿਰ ਉਸੇ ਤਰੀਕੇ ਨਾਲ ਅੱਖ ਤੱਕ ਲੜ ਨੂੰ ਪੂਰਾ ਖੋਲ੍ਹ ਲੈਣਾ, ਪੂਰਾ ਕੰਨ ਆਪਣਾ ਕਵਰ ਚਾਹੀਦਾ, ਉੱਪਰਲੇ ਪਾਸੇ ਚੰਗੀ ਤਰ੍ਹਾਂ ਲੜ ਨੂੰ ਮੋੜ ਕੇ ਇੱਕ ਵਾਰ ਲੜ ਮੋੜ ਕੇ ਰੱਖ ਲੈਣਾ, ਟਿਕਾ ਲੈਣਾ। ਉਸ ਤੋਂ ਉਹਨੂੰ ਖਿੱਚ ਕੇ ਸਾਫ਼ ਕਰਕੇ ਚੰਗੇ ਤਰੀਕੇ ਨਾਲ ਫਿਰ ਉਹਨੂੰ ਦੂਰੀ ਵਾਰ ਜਿਹੜਾ ਲੜ ਨੂੰ ਮੋੜ ਦੇਣਾ। ਉੱਪਰ ਵਾਲੇ ਜਿਹੜੇ ਜਿੰਨੇ ਵੀ ਲੜ ਨੇ ਸਾਰਿਆਂ 'ਚ ਨਾਲ ਦੀ ਨਾਲ ਆਪਾਂ ਦੇਖੋ ਮੋੜੇ ਸੀਗੇ ਉੱਪਰੋਂ, ਜਿਹਦੇ ਕਰਕੇ ਆਪਣੇ ਉੱਪਰਲੇ ਪੇਜ ਬਣ ਗਏ ਨੇ। ਸੋ ਜਿਹੜੇ ਵੀਰਾਂ ਦੇ ਉੱਪਰਲੇ ਲੜ ਨਹੀਂ ਬਣਦੇ ਉਹ ਚੀਜ਼ ਦਾ ਧਿਆਨ ਰੱਖੋ ਕਿ ਇਕੱਲਾ ਇਕੱਲਾ ਲੜ ਜਿਹੜਾ ਵੀ ਤੁਸੀਂ ਲਾਉਣਾ ਬੈਕ ਸਾਈਡ ਤੋਂ ਜਿੱਥੋਂ ਲੜ ਸ਼ੁਰੂ ਹੋ ਗਿਆ,
ਜਿੱਥੋਂ ਤੱਕ ਲੜ ਆਪਾਂ ਮੋੜਦੇ ਹਾਂ ਉੱਥੇ ਤੱਕ ਉੱਪਰੋਂ ਜਿਹੜਾ ਚੰਗਾ ਚੰਗੇ ਤਰੀਕੇ ਨਾਲ ਮੋੜਨਾ। ਚੰਗੇ ਤਰੀਕੇ ਕਹਿਣ ਤੋਂ ਭਾਵ ਜਿੰਨਾ ਚਿਰ ਆਪਾਂ ਪੂਰਾ ਪਿੱਛੋਂ ਤੋਂ ਅੱਗੇ ਤੱਕ ਅੱਗੇ ਤੋਂ ਪਿੱਛੇ ਤੱਕ ਲੜ ਆਪਾਂ ਮੋੜਦੇ ਨਹੀਂ, ਲੜ ਉਨਾ ਟਾਈਮ ਆਪਾਂ ਲਾਉਣਾ ਨਹੀਂ ਹੈਗਾ। ਜਦੋਂ ਸਾਰਾ ਲੜ ਆਪਾਂ ਮੋੜਤਾ ਉਸ ਤੋਂ ਬਾਅਦ ਅੱਗੇ ਆਪਾਂ ਸੈਂਟਰ ਤੋਂ ਆਪਣਾ ਲੜ ਜਿਹੜਾ ਨੋਕ 'ਤੇ ਉਹ ਆਪਾਂ ਲਾਉਣਾ। ਇਹ ਵਾਲਾ ਲੜ ਬਿਲਕੁਲ ਉੱਪਰ ਜਾਊਗਾ ਕਿਉਂਕਿ ਸ਼ੇਪ ਜਿਹੜੀ ਪਟਿਆਲਾ ਸ਼ਾਹੀ ਆਪਾਂ ਬਣਾ ਰਹੇ ਹਾਂ ਪੂਰਾ ਉੱਪਰ ਤੱਕ ਲੜ ਲਿਜਾ ਕੇ, ਅਤੇ ਜਿਹੜਾ ਦੂਸਰਾ ਲੜ ਆ ਇਹਨੂੰ ਆਪਾਂ ਛੱਡ ਲੈਣਾ, ਅਤੇ ਜਿਹੜਾ ਆਪਾਂ ਮੂੰਹ 'ਚ ਲੜ ਫੜਿਆ ਸੀਗਾ ਉਹਨੂੰ ਪਿੱਛੇ ਲਿਆ ਕੇ ਆਪਾਂ ਰਫ ਜਿਹਾ ਲਾ ਲੈਣਾ, ਤਾਂ ਜੋ ਆਪਣਾ ਜਿਹੜਾ ਲਾਸਟ ਲੜ ਆ ਉਹ ਜਿਹੜਾ ਕਿ ਢਿੱਲਾ ਨਾ ਹੋਵੇ, ਖੁੱਲ੍ਹੇ ਨਾ। ਸੋ ਹੁਣ ਜਿਹੜੇ ਆਪਣੇ ਬਲ ਨੇ ਇਹਨਾਂ ਦੀ ਆਪਾਂ ਹੋਰ ਸੈਟਿੰਗ ਕਰਨਾ। ਦੇਖੋ ਜੀ, ਜਿਹੜੇ ਵੀਰਾਂ ਨੂੰ ਨਾ ਬੇਸਿਕ ਤੋਂ ਹੀ ਨਹੀਂ ਪਤਾ ਹੈਗਾ ਕਿ ਬਲ ਕਿੱਦਾਂ ਪਾਉਣੇ ਆ, ਕਿਹੜਾ ਤਰੀਕਾ, ਉਹ ਅੱਜ ਆਪਾਂ ਉਹਨਾਂ ਨੂੰ ਦੱਸਿਆ। ਅਤੇ ਉਹਦੇ ਲਈ ਹੁਣ ਇੰਨੇ ਅਗਰ ਬਲ ਨਹੀਂ ਹੈਗੇ ਬਹੁਤ, ਤਾਂ ਉਸ ਤੋਂ ਬਾਅਦ ਆਪਾਂ ਕੀ ਕਰਨਾ, ਬਾਜ ਦੇ ਨਾਲ ਸੈਟਿੰਗ ਕਰ ਸਕਦੇ ਹੋ, ਜਾਂ ਫਿਰ ਆਪਾਂ ਕੀ ਆ ਸੂਈ ਲੈਣੀ ਆ, ਸੂਈ ਦੀ ਜਗ੍ਹਾ ਪੱਗ ਪਿੰਨ ਵੀ ਲੈ ਸਕਦੇ ਹੋ, ਜਾਂ ਹੋਰ ਜਿਹੜੀ ਨਕੀਲੀ ਚੀਜ਼ ਹੋਵੇ ਸੂਈ ਦੀ ਤਰ੍ਹਾਂ ਸੇਫਟੀ ਪਿੰਨ ਦਾ ਵੀ ਇੱਕ ਸਿਰਾ ਵਰਤ ਸਕਦੇ ਹਾਂ। ਕਰਨਾ ਕੁਛ ਨਹੀਂ, ਬਸ ਜਿੱਦਾਂ ਆਪਾਂ ਹਲਕਾ ਹਲਕਾ ਬਾਜ ਫੇਰਦੇ ਹਾਂ ਉਸੇ ਤਰੀਕੇ ਨਾਲ ਇਹਨੂੰ ਉੱਪਰ ਫੇਰਨਾ, ਜ਼ਿਆਦਾ ਜ਼ੋਰ ਨਹੀਂ ਦੇਣਾ ਹੈਗਾ, ਪੱਗ ਆਪਣੀ ਫਟ ਸਕਦੀ ਹੈ। ਬਿਲਕੁਲ ਟਿੱਡਾ ਕਰਕੇ ਢਿੱਲੇ ਹੱਥਾਂ ਦੇ ਨਾਲ ਬਸ ਪੇਚ ਦੇ ਜਿਹੜੇ ਬਲ ਲੜ ਲਾਏ ਨੇ ਉਹਨਾਂ ਦੇ ਉੱਪਰ ਫੇਰਨਾ। ਬਸ ਇਹਦੇ ਨਾਲ ਕੀ ਹੋਊਗਾ, ਜਿੱਥੋਂ ਢਿੱਲੇ ਪੇਚ ਹੋਣਗੇ ਆਪਣੇ ਬਲ ਹੋਣਗੇ ਉਹ ਇਕੱਠੇ ਹੁੰਦੇ ਜਾਣਗੇ, ਇਕੱਠੇ ਹੋਣਗੇ ਸੰਘਣੇ ਹੋਣਗੇ, ਸੰਘਣੇ ਹੋਣਗੇ ਜਿਹੜੇ ਆਪਣੇ ਉਹ ਇੱਦਾਂ ਲੱਗਣਗੇ ਕਿ ਬਲ ਜ਼ਿਆਦਾ, ਬਹੁਤ ਜ਼ਿਆਦਾ ਮਾਤਰਾ 'ਚ ਆਪਣੇ ਬਲ ਪਾਏ ਹੋਏ ਨੇ। ਸੋ ਇਹ ਅੱਜ ਬਿਲਕੁਲ ਬੇਸਿਕ ਅਤੇ ਸੌਖਾ ਤਰੀਕਾ ਦੱਸਿਆ, ਕੋਈ ਜਿਹੜਾ ਬੋਲ ਕੇ ਵੀ ਦੱਸਿਆ, ਕੋਈ ਅਲਝਾਵੇ ਵਾਲਾ ਕੰਮ ਨਹੀਂ, ਸੌਖੇ ਤੋਂ ਸੌਖਾ ਕਰਕੇ ਤੁਹਾਨੂੰ ਦੱਸਿਆ। ਕੋਈ ਕੱਪੜਾ ਨਹੀਂ ਜ਼ਿਆਦਾ ਪਾਇਆ, ਬਸ ਸਿੰਪਲ ਜੋ ਕੇਸਕੀ ਵਾਲਾ ਬੇਸ ਸੀਗਾ ਉਹ ਤੁਹਾਨੂੰ ਸਟਾਰਟਿੰਗ 'ਚ ਦੱਸਤਾ ਵੀ ਇੱਕ ਸਾਈਡ ਥੋੜ੍ਹਾ ਜਿਹਾ ਕੱਪੜਾ ਕੇਸਕੀ ਜਿਵੇਂ ਮੋੜ ਕੇ ਉਹ ਲਾਈ ਹੋਈ ਹੈ ਤਾਂ ਜੋ ਫਲਾਵਟ ਆਵੇ ਕਿਉਂਕਿ ਪੱਗ ਫੁੱਲ ਵੈਲ ਆ। ਜਿਹੜੇ ਆਪਣੇ ਬਲ ਨੇ ਇਹਨਾਂ ਦੀ ਜਦੋਂ ਆਪਾਂ ਪ੍ਰੋਪਰ ਸੈਟਿੰਗ ਕਰਤੀ ਉਸ ਤੋਂ ਬਾਅਦ ਆਪਾਂ ਆਪਣੇ ਅੱਗੇ ਪੱਗ ਦੇ ਵੱਲ ਵਧਣਾ, ਅਤੇ ਜਦੋਂ ਆਪਾਂ ਆਪਣਾ ਲਾਸਟ ਲੜ ਲਾਉਣਾ ਉਸ ਤੋਂ ਪਹਿਲਾਂ ਲੜ ਨੂੰ ਚੰਗੇ ਤਰੀਕੇ ਨਾਲ ਆਪਾਂ ਖੋਲ੍ਹ ਲੈਣਾ, ਖੋਲ੍ਹ ਕੇ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਹੋਲਡ ਕਰਨਾ। ਅਗਰ ਤੁਸੀਂ ਇਹਨੂੰ ਸਾਫ਼ ਵੀ ਲਾਉਣਾ, ਬਲ ਵਾਲਾ ਵੀ ਲਾਉਣਾ, ਸੋ ਦੋਨੇ ਤਰੀਕਿਆਂ ਨਾਲ ਕੀ ਆ ਤੁਸੀਂ ਇਹਨੂੰ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਮੋੜੋ। ਸੋ ਅੱਜ ਆਪਾਂ ਜਿਹੜਾ ਕਿ ਲੜ ਇਹ ਸਿੱਧਾ ਲਾਵਾਂਗੇ ਬਲ ਵਾਲੀ ਪੱਗ, ਅਤੇ ਲੜ ਨੂੰ ਦੋਨਾਂ ਸਾਈਡਾਂ ਤੋਂ ਅੰਦਰੋਂ ਹੋਲਡ ਕਰਕੇ ਸਿੰਪਲ ਰੱਖ ਲੈਣਾ। ਰੱਖ ਕੇ ਸਾਰੇ ਜਿਹੜੇ ਬਲ ਨੇ ਪੇਜ ਦੇ ਵਿੱਚ ਉਹ ਅੱਗੇ ਲਿਆ ਕੇ ਸੈੱਟ ਕਰ ਲੈਣੇ, ਥੱਲੇ ਖਿੱਚ ਲੈਣੇ ਆ। ਪੂਰਾ ਲੜ ਨੂੰ ਖਿੱਚ ਕੇ ਟਾਈਟ ਕਰਕੇ ਪਹਿਲਾਂ ਬਿਲਕੁਲ ਸਿੱਧਾ ਜਾਊਗਾ ਲੜ, ਜਿੱਥੇ ਪੱਗ ਪੈਨ ਲਾਉਂਦੇ ਹਾਂ ਉੱਥੇ ਜਾ ਕੇ ਲੜ ਦੀ ਜਿਹੜੀ ਚੜਾਈ ਆ ਉਹ ਘਟਾ ਦੇਣੀ ਆ। ਸੋ ਸਿੱਧੇ ਲੜ ਦੇ ਫਾਇਦੇ ਕਾਫੀ ਨੇ, ਪੱਗ ਪੈਨ ਦੀ ਲੋੜ ਨਹੀਂ ਪੈਂਦੀ, ਲੜ ਪੂਰਾ ਟਾਈਟ ਰਹਿੰਦਾ, ਅੱਖ ਤੋਂ ਖਿਸਕਦਾ ਨਹੀਂ ਹੈਗਾ। ਅਤੇ ਹੁਣ ਜਿਹੜਾ ਬਾਕੀ ਕੱਪੜਾ ਰਹਿ ਗਿਆ ਲੜ ਦਾ ਉਹ ਆਪਾਂ ਇਸ ਸਾਈਡ ਤੋਂ ਜਿਹੜਾ ਕਿ ਆਪਣੀ ਬਲ ਵਾਲੀ ਪੱਗ ਦੀ ਸਾਈਡ ਇਸ ਪਾਸੇ ਲਾ ਕੇ ਉੱਪਰਲੇ ਪਾਸੇ ਹੱਥ ਪਾ ਕੇ ਚੰਗੇ ਤਰੀਕੇ ਨਾਲ ਥੱਲੇ ਨੂੰ ਦੱਬ ਦੇਣਾ। ਇੱਕ ਨਾ ਆਪਣੀ ਸ਼ੇਪ ਦੀ ਥੋੜ੍ਹੀ ਜਿਹੀ ਫਲਾਵਟ ਆਊਗੀ, ਅਤੇ ਦੂਸਰਾ ਕੀ ਆ ਆਪਣਾ ਜਿਹੜਾ ਲੜ ਆ ਉਹ ਆਪਣਾ ਹਿੱਲੂਗਾ ਨਹੀਂ। ਸੋ ਜਿਹੜੇ ਇਸ ਸਾਈਡ ਬਲ ਪੈ ਗਏ ਆ ਜਿੱਦਾਂ ਹੁਣ ਮੈਂ ਆਵਾਜ਼ ਫੇਰਿਆ, ਐਵੇਂ ਜਿਹੜਾ ਉੱਪਰ ਆਵਾਜ਼ ਫੇਰ ਕੇ ਸਾਰੇ ਬਲ ਜਿਹੜੇ ਆ ਕੱਢ ਲੈਣੇ ਆ। ਚਾਹੇ ਤੁਹਾਡੇ ਕੋਲ ਪੱਗ ਹੈਗੀ ਆ 5 ਮੀਟਰ ਆ, 5.5 ਮੀਟਰ ਆ, 6 ਆ, 6.5 ਆ, 7, 7.5 ਬੰਨਦੇ ਹੋ, 8 ਮੀਟਰ ਬੰਨਦੇ ਹੋ, ਜਿਹੜੀ ਵੀ ਤੁਸੀਂ ਲੈਂਥ ਦੀ ਆਪਣੀ ਪੱਗ ਬੰਨਦੇ ਹੋ। ਸੋ ਬੰਨਣ ਦਾ ਤਰੀਕਾ ਹਮੇਸ਼ਾ ਸੇਮ ਹੁੰਦਾ ਜੀ। ਬਹੁਤ ਵੀਰ ਕਹਿੰਦੇ ਆ 6.5 ਮੀਟਰ 'ਚ ਵੀਡੀਓ ਲਿਆਓ, 6 'ਚ ਲਿਆਓ, ਕੋਈ 7 ਮੀਟਰ ਡਿਮਾਂਡ ਕਰਦਾ। ਸੋ ਮੀਟਰਾਂ ਦੇ ਪਿੱਛੇ ਨਾ ਜਾਓ, ਬੰਨਣ ਦਾ ਤਰੀਕਾ ਦੇਖੋ, ਪ੍ਰੈਕਟਿਸ ਕਰੋ ਆਪਣੀ, ਸਮਝੋ ਉਹ ਚੀਜ਼ ਨੂੰ ਕਿੱਥੇ ਪ੍ਰੋਬਲਮ ਆਉਂਦੀ ਆ, ਉਹ ਚੀਜ਼ ਦੇਖੋ, ਥੋੜ੍ਹਾ ਡੂੰਘਾਈ 'ਚ ਜਾਓ, ਇਕੱਲਾ ਪਾਰਟ ਆ ਜਿਹੜਾ ਪੌਜ਼ ਕਰ ਦੇਖੋ, ਸੋ ਸਾਰੀਆਂ ਚੀਜ਼ਾਂ ਸਮਝ ਆਉਣਗੀਆਂ। ਨਹੀਂ ਸਮਝ ਆਉਂਦਾ ਕਮੈਂਟ ਕਰਕੇ ਤੁਸੀਂ ਦੱਸੋ, ਤੋ ਆਪਾਂ ਤੁਹਾਡੀ ਮਦਦ ਕਰਾਂਗੇ। ਸੋ ਇਹ ਸੀਗੀ ਜੀ ਅੱਜ ਦੀ ਵੀਡੀਓ, ਕਿਵੇਂ ਲੱਗੀ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।